ਸਾਰੀ ਸੰਗਤ ਬੇਨਤੀ ਹੈ। ਹੁਣ ਆਪਾਂ ਸਮਰੱਥ ਗੁਰੂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨੀ ਹੈ ਸੰਪੂਰਨਤਾ ਦੀ, ਔਰ ਨਾਲ ਅਰਦਾਸ ਕਿ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੇ ਕੀਤੀ ਹੈ, ਇਹ ਸੱਚੇ ਪਾਤਸ਼ਾਹ ਤੁਸੀਂ ਜਾਣ ਸਮਰੱਥ ਕਰੋ, ਕਿਉਂਕਿ ਸਰਕਾਰਾਂ ਤੋਂ ਆਸਾਂ ਟੁੱਟ ਚੁੱਕੀਆਂ ਨੇ ਪਿਆਰਿਓ। ਇਸ ਕਰਕੇ ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਧ ਸੰਗਤ ਜੀ, ਕੌਣ ਦੋਸ਼ੀ ਨੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਣਦੇ ਨੇ, ਤੇ ਆਪ ਕਿਰਪਾ ਕਰੋ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਪਤਰੇ ਰੋਲੇ ਗਏ ਨੇ ਉਸੇ ਤਰ੍ਹਾਂ ਦੋਸ਼ੀ ਰੋਲ, ਦੁਨੀਆਂ ਨੂੰ ਪਤਾ ਲੱਗੇ ਆਪ ਮੂੰਹਾਂ ਤੋਂ ਉਹਨਾਂ ਆਵਾਜ਼ ਨਿਕਲ ਪਈ ਅਸੀਂ ਦੋਸ਼ੀ ਹਾਂ, ਆਪ ਪਾਗਲ ਹੋ ਕੇ ਬੋਲਣ, ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਰੱਥ ਗੁਰੂ ਨੇ, ਤੇ ਆਪਾਂ ਅਰਦਾਸ ਕਰ ਰਹੇ ਹਾਂ, ਆਪਾਂ ਕਹਿੰਦੇ ਇਹ ਸੱਚੇ ਪਾਤਸ਼ਾਹ ਸਭ ਨੂੰ ਜਾਣਦੇ। ਸ਼ਹੀਦ ਸਿੰਘਾਂ ਦੇ ਦੋਸ਼ੀਆਂ ਨੂੰ ਸਜ਼ਾ, ਔਰ ਜਿਹੜੇ ਬੰਦੀ ਸਿੰਘ ਹਨ ਪਿਆਰੇ ਉਹ ਜਿਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਕਾਨੂੰਨ ਸਾਰਿਆਂ ਵਾਸਤੇ ਇੱਕੋ ਹੁੰਦਾ ਹੈ ਸਾਰੇ ਦੇਸ਼ ਦਾ, ਪਰ ਸਿੱਖਾਂ ਵਾਸਤੇ ਕਾਨੂੰਨ ਅੱਡ ਅੱਡ, ਸਮੇਂ ਸਮੇਂ ਕੀ ਹੋ ਰਿਹਾ? ਇਹ ਗੁਰੂ ਕੇ ਸਿੱਖ ਜਿਹੜੇ ਅਰਦਾਸ ਕਰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜਿਸ ਦੇਸ਼ ਵਾਸਤੇ 92% ਕੁਰਬਾਨੀਆਂ ਸਿੱਖਾਂ ਦੀਆਂ ਹਰ ਵੇਲੇ, ਉਹ ਜਿਸ ਸਿੱਖਾਂ ਦੇ ਗੁਰੂ ਨੇ 9ਵੇਂ ਸਤਿਗੁਰੂ ਦਸ ਨੰਦ ਦਿੱਲੀ ਜਾ ਕੇ ਸੀਸ ਦਿੱਤਾ, ਤਿਲਕ ਜੰਝੂ ਰਾਖਾ ਪ੍ਰਾਪਤ ਆਕਾ ਕਿਨੋ ਬੜੋ ਕਲੂ ਮੈਂ ਸਾਕਾ, ਔਰ ਸਰਬੱਤ ਦਾ ਭਲਾ ਮੰਗਣ ਲੱਗ ਸਿੱਖ। ਔਰ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਨੇ, ਸਾਰੀ ਸਾਰੇ ਸੰਸਾਰ ਦੇ ਗੁਰੂ ਨੇ ਪਿਆਰੇ ਹਰਕ ਦੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹਰ ਕੋਈ ਸੰਸਾਰ ਦੇ ਕਰਦੇ ਰੱਬ ਨੂੰ ਮੰਨਣ ਵਾਲੇ ਆ, ਤੇ ਤੁਸੀਂ ਸਭ ਜਾਣਦੇ ਹੋ। ਇਨਸਾਫ ਮੋਰਚਾ ਲੱਗਾ ਹੋਇਆ, ਕੱਲ੍ਹ ਨੂੰ ਬਹੁਤ ਸਾਰੀਆਂ ਸੰਗਤਾਂ ਜਾ ਰਹੀਆਂ ਉੱਥੇ, ਫਿਰ 14 ਨਵੇਂ ਕੱਲ੍ਹ ਨੂੰ ਵੀ ਆਪਣੇ ਸਿੰਘ ਸੰਗਤ ਵੀ ਕਾਫੀ ਜਗ੍ਹਾ ਜਗ੍ਹਾ ਤੋਂ ਜਾ ਰਹੀ ਹੈ। ਆਪਾਂ ਅਰਦਾਸ ਕਰੀਏ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਸਮਰੱਥ ਹਨ ਪਿਆਰੇ ਹੋ, ਜੇ ਸਤਿਗੁਰ ਦੀ ਨਦਰ ਪੁੱਠੀ ਹੋ ਜਾਏ, ਨਦਰ ਪੁੱਠੀ ਜੇਕਰ ਸੁਲਤਾਨਾ ਕਹਾ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਪਿਆਰੇ। ਇਹ ਸਮਰੱਥ ਗੁਰੂ ਨੇ ਆਪ ਕਿਰਪਾ ਕਰਨਗੇ, ਇਸ ਕਰਕੇ ਆਪਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ। ਇਹ ਅਰਦਾਸ ਜਿਹਨਾਂ ਨੇ ਬਿਦ ਵੀ ਕੀਤੀ ਹੈ, ਔਰ ਪਹਿਲਾਂ ਵੀ ਜਿਹਨਾਂ ਕੀਤੀ, ਸਜਾਵਾਂ ਮਿਲਦੀਆਂ ਆਈਆਂ ਪਿਆਰਿਓ। 84 ਦਾ ਅਟੈਕ ਹੋਇਆ ਸੀ, ਤੇ ਉਸ ਤੋਂ ਬਾਅਦ ਫੇਰ ਜਿਹਨਾਂ ਨੇ ਕੀਤਾ ਉਹਨਾਂ ਦਾ ਕੀ ਹਾਲ ਹੋਇਆ, ਤੇ ਹੁਕਮਨਾਮਾ ਕੀ ਆਇਆ ਸੀ, ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ, ਰਲ ਗਏ ਨਾ ਫਿਰ ਖਾਕ ਚ ਪਿਆਰਿਆ। ਇਹ ਸਮਰੱਥ ਗੁਰੂ ਨੇ, ਇਸ ਕਰਕੇ ਇਹ ਅਰਦਾਸ ਵਿੱਚ ਬੇਨਤੀ ਆਪਾਂ ਸਾਰਿਆਂ ਨੇ ਕਰਨੀ ਹੈ। ਨਿਤਨੇਮ ਵਧਾਓ, ਬਾਣੀ ਪੜ੍ਹੋ, ਬਸ ਨਿਤਨੇਮ ਨਾ ਛੱਡੋ, ਬਾਣੀ ਨਾ ਛੱਡੋ ਪਿਆਰੇ, ਉਹ ਰਹਿਤ ਰਹਿਤ ਵਿੱਚ ਪਰਪੱਕ ਰਹੋ, ਗੁਰ ਮੇਰੇ ਸੰਗ ਸਦਾ ਆਸ ਵਿੱਚ ਪਿਆਰ ਨਾ ਰਹੀਏ। ਇੱਕ ਸੱਚੇ ਪਾਤਸ਼ਾਹ ਆਪਣੇ ਖਾਲਸੇ ਤੇ ਕਿਰਪਾ ਕਰੋ, ਖਾਲਸੇ ਨੂੰ ਏਕਤਾ ਬਖਸ਼, ਅਸੀਂ ਸਭ ਇੱਕ ਗੁਰੂ ਇੱਕ ਮਾਤਾ ਦੇ ਮਾਤਾ ਸਾਹਿਬ ਕਰਦੇ ਧੀਆਂ ਪੁੱਤਰ ਹਾਂ, ਦਸਮ ਪਾਤਸ਼ਾਹ ਦੇ ਧੀਆਂ ਪੁੱਤਰ ਹਾਂ, ਆਸ ਵਿੱਚ ਦੁਬਦਾ ਦੂਰ ਕਰਕੇ ਆਪਾਂ ਪਿਆਰੇ ਛੋਟੀਆਂ ਛੋਟੀਆਂ ਗੱਲਾਂ 'ਚ ਵੱਖ ਨਾ ਹੋਏ,
ਇਕੱਠੇ ਹੋ ਕੇ ਅਤੇ ਪਿਆਰੇ ਜਦੋਂ ਪੰਥ ਖਾਲਸਾ ਦੀ ਏਕਤਾ ਹੋਵੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਨਾਮ ਜਪੀਏ, ਅਤੇ ਸਾਰੀਆਂ ਕਿਰਪਾ ਹੋਣਗੀਆਂ। ਸੱਚੇ ਪਾਤਸ਼ਾਹ ਆਪਣੇ ਖਾਲਸਿਆਂ ਨੂੰ ਏਕਤਾ ਬਖਸ਼ੋ, ਗੁਰੂ ਘਰ ਦੇ ਦੋਸ਼ੀਆਂ ਨੂੰ ਆਪ ਜੀ ਕਿਰਪਾ ਕਰਕੇ ਸਜਾ ਦਿਓ। ਹੋਈਆਂ ਪੁਨ ਲਿਖੇ ਮਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।